वाहिगुरु जी का खालसा, वाहिगुरु जी की फतेह। अज जिहड़े इंसानी जामे दे विच जन्मे हुए चंद्रमोहन सिंह जी की स्टोरी तुहाडे सामने लैके आए हाँ, जाने कि इहनू स्टोरी ना जाणियो, ये इदां लगदा जिवें कोई दसवीं ग्यारहवीं सदी की गल हो, कोई दसवीं ग्यारहवीं सदी का इंसान इक्कीवीं सदी के आ गया हो, पिछे की कारण आ, कहतों ये बापू इन्हां हालातों के पहुँचा, इहदा परिवार साडा समाज साडे मोढ़ी खुद असीं सारे जिम्मेवार हैं इस चीज़ के, देखियो आपां कित्थे खड़े हाँ ते अगली पीढ़ी साडी कित्थे एग्जिस्ट करदी है जी। बापू जी ओ किवें हो, आला फड़ो बेर का दुध पियो महाराज, गर्मी च किवें बैठे हो? कोक पीना ना? कोक लिया आप भज के एक बोतल फड़ के काका। मैं बापू तू दस्से नहीं पहला खरीद लिया, हुण चला भी पी ला कोई ना, कोक भी पी लाँगे नाल। होर सुना बापू किवें आ, होर कुछ खाना पीना? ओ खीर भी लिया ली बापू नू, खीर है जीरा जीरा जीरे वाले बिस्कुट। बापू गर्म पानी कदों पी जाना? हाँ रहा तू पी, कोक लेन गया मुंडा। बापू इन्नी गर्मी है तू भूरिया भारिया लई फिरदा? नहीं कुछ नहीं, दवाइया करके बीमार लगता बापू है ना? ठंडी खीर खा ला हुणे, जमा नहीं करनी आपां। बापू की ना तेरा है? चंद्रमोहन। ठीक है बापू, कितने रहना तू बापू? पहला किचरू नगर। किचरू नगर इधर जिते हो राम शर्मा के सामने? हाँ गां को तू पिछे राम दरबार मंदिर गुरुद्वारा मंदिर दोनों अपने बनवाए हुए, उसे तेरे ही बनवाए हुए मंदिर, ताही मैं देखा ला। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜੇ ਬਾਪੂ ਜੀ ਜਦੋਂ ਤੁਸੀਂ ਬੈਠਿਆਂ ਨੂੰ ਹੁਣੇ ਆਪਣੇ ਸਕਰੀਨ 'ਤੇ ਦੇਖਿਆ, ਇਹਨਾਂ ਦੇ ਹਾਲਾਤਾਂ ਤੋਂ ਅੰਦਾਜ਼ਾ ਤੁਸੀਂ ਲਾ ਸਕਦੇ ਆ ਵੀ ਇਹ ਸਾਡੇ ਅੱਜ ਕੱਲ੍ਹ ਦੇ ਸਮੇਂ ਦੇ ਉਹ ਇਨਸਾਨ ਆ ਜਿਹੜੇ ਵਾਕਈ ਅੱਜ ਕੱਲ੍ਹ ਦੀ ਇਸ ਘਟੀਆ ਸੋਚ, ਘਟੀਆ ਸਮਾਜ ਦੀ ਕੁਰੀਤੀਆਂ ਅਤੇ ਇਸ ਦੁਨੀਆਂ ਤੋਂ ਦੂਰ ਆ, ਅਤੇ ਰੱਬ ਦਾ ਹੀ ਰੂਪ ਆ ਇਸ ਟਾਈਮ ਇਹ, ਅਤੇ ਰੱਬ ਰੂਪੀ ਇੱਦਾਂ ਦੇ ਇਨਸਾਨ ਤੁਸੀਂ ਦੇਖ ਸਕਦੇ ਹੋ ਕਿੱਦਾਂ ਆ ਬੋਰਿਆਂ ਦੇ ਵਿੱਚ ਆਪਣੀ ਵਿਰਾਸਤ ਨੂੰ ਭਰੀ ਹੋਈ ਭਰੀ ਬੈਠਿਆ ਇਹ, ਜੋ ਇਹਨਾਂ ਦੇ ਕੋਲ ਹੈਗਾ ਅੱਜ ਇਹੀ ਆ, ਅਤੇ ਜਿਹੜਾ ਕੁਛ ਇਹਨਾਂ ਦੇ ਪਹਿਨਿਆ ਹੋਇਆ ਇਹੀ ਇਹਨਾਂ ਦੇ ਕੱਪੜੇ ਆ, ਇਹੀ ਇਹਨਾਂ ਦੀ ਜ਼ਿੰਦਗੀ ਆ। ਸਾਡੇ ਸਮਾਜ ਦੇ ਵਿੱਚ ਅੱਜ ਕੱਲ੍ਹ ਇੱਦਾਂ ਦੀਆਂ ਪਿਕਚਰਾਂ ਦੇਖਣ ਨੂੰ ਕਿਉਂ ਮਿਲਣ ਲੱਗ ਗਈਆਂ? ਕਿਉਂਕਿ ਅਸੀਂ ਇੱਕ ਦੂਜੇ ਦੇ ਲਈ ਨਾ ਤਾਂ ਰਿਸ਼ਤੇ ਵਫਾਦਾਰ ਰਹੇ ਆ, ਨਾ ਸਮਾਜ ਦੀਆਂ ਉਹ ਜਿਹੜੀਆਂ ਇੱਕ ਦੂਜੇ ਦੇ ਪ੍ਰਤੀ ਪਿਆਰ ਹੁੰਦਾ ਸੀਗਾ ਉਹ ਵੀ ਖਤਮ ਹੋ ਗਿਆ, ਅਤੇ ਸਾਡੇ ਸਮਾਜ ਦੇ ਜਿਹੜੇ ਨੁਮਾਇੰਦੇ ਆ ਜਾਂ ਜਿਹੜੇ ਮੋਢੀ ਆ ਜਾਂ ਜਿਹਨਾਂ ਨੂੰ ਅਸੀਂ ਚੁਣਦੇ ਹਾਂ ਉਹ ਇਸ ਚੀਜ਼ ਦੇ ਲਈ ਪਾਬੰਦ ਰਹੇ ਆ ਵੀ ਉਹ ਘੱਟੋ ਘੱਟ ਇੱਕ ਇਨਸਾਨੀਅਤ ਦੀ ਖਾਤਰ ਆਪਦੀ ਜਿਹੜੀ ਡਿਊਟੀ ਆ ਉਹ ਪੂਰੀ ਕਰਨ, ਉਸ ਕਰਕੇ ਇੱਦਾਂ ਇਨਸਾਨਾਂ ਨੂੰ ਰੁਲਣਾ ਪੈ ਰਿਹਾ। ਇਹ ਬਾਪੂ ਜੀ ਪਿਛਲੇ ਕਰੀਬ ਡੇਢ ਦੋ ਮਹੀਨਿਆਂ ਤੋਂ ਸਾਨੂੰ ਕਾਲ ਆ ਰਿਹਾ, ਡੀ ਐਮ ਸੀ ਹਸਪਤਾਲ ਦੇ ਬਾਹਰ ਪਾਰਕ ਦੇ ਵਿੱਚ ਹੀ ਸੌਂਦੇ ਆ, ਅਤੇ ਵੀਰ ਦੱਸਦੇ ਆ ਕਈ ਕਾਫੀ ਸਮੇਂ ਤੋਂ ਦੇਖਦੇ, ਲੰਬੇ ਸਮੇਂ ਤੋਂ ਜਾਣੀ ਕਿ ਸਾਨੂੰ ਡੇਢ ਕੁ ਮਹੀਨੇ ਤੋਂ ਕਾਲ ਆਉਣ ਲੱਗੀਆਂ, ਪਰ ਇੱਥੋਂ ਦੇ ਜਾਣਕਾਰ ਲੋਕ ਦੱਸਦੇ ਆ ਵੀ 8-10 ਸਾਲਾਂ ਤੋਂ ਇਸੇ ਏਰੀਏ ਦੇ ਵਿੱਚ ਹੀ ਰਹਿੰਦੇ ਆ। ਇਹ ਆਪਣਾ ਨਾਮ ਇੰਦਰ ਮੋਹਨ ਸਿੰਘ ਦੱਸਦੇ ਆ ਜੀ, ਅਤੇ ਬਾਪ ਦਾ ਨਾਮ ਆਪਣੇ ਇਹ ਦੱਸਦੇ ਆ। ਬਾਪੂ ਜੀ ਕੀ ਨਾਮ ਪਿਤਾ ਜੀ ਦਾ? ਨਾਂ ਮੈਨੂੰ ਨਹੀਂ ਪਤਾ, ਜਾਓ ਰੁਲੀਆ ਚੰਦ। ਚਲੋ ਠੀਕ, ਅਤੇ ਇਹ ਆਪਣੇ ਬਾਪ ਦਾ ਨਾਮ ਰੁਲੀਆ ਚੰਦ ਦੱਸਦੇ ਆ, ਅਤੇ ਇਹ ਕਿਚਲੂ ਨਗਰ ਦੇ ਵਿੱਚ ਰਹੇ ਅੱਜ ਦੱਸਦੇ ਆ, ਆਪਣੇ ਕਿਸੇ ਨਾਮੇ ਦੱਸਦੇ ਆ ਵੀ ਆਪਣਾ ਕੋਈ ਇਹਨਾਂ ਦਾ ਮੋਗਲਿਆਂ ਦਾ ਜਾਣੀ ਕਿ
ਕੰਮ ਸੀਗਾ, ਆਇਲ ਦਾ ਕੋਈ ਕੰਮ ਸੀਗਾ ਇਹਨਾਂ ਦਾ, ਆਇਲ ਦੇ ਡਿਪੂ ਸੀ ਜਾਂ ਕਿੱਦਾਂ ਸੀ। ਪਰ ਅੱਜ ਪਰਿਵਾਰ ਦੇ ਬਾਰੇ 'ਚ ਕੁਛ ਨਹੀਂ ਪਤਾ ਇਹਨਾਂ ਦੇ ਬਾਰੇ 'ਚ ਵੀ ਕੌਣ ਆ, ਕਿੱਥੇ ਰਹਿੰਦੇ ਸੀਗੇ। ਇਹ ਸਮਾਜ ਦੀ ਸਾਡੇ ਦੀ ਉਹ ਨਿਗਰਦੀ ਹੋਈ ਸੋਚ ਦੀ ਇੱਕ ਜਿਉਂਦੀ ਜਾਗਦੀ ਤਸਵੀਰ ਬੈਠੇ ਆ। ਇਸ ਟਾਈਮ ਗਰਮੀਆਂ ਦਾ ਜੂਨ ਆ, ਜੂਨ ਦਾ ਮਹੀਨਾ ਚੱਲਦਾ, ਅਤੇ ਜੂਨ ਦੇ ਮਹੀਨੇ ਦੇ ਵਿੱਚ ਬਾਪੂ ਦੇ ਉੱਤੇ ਲੋਈ ਲਈ ਹੋਈ ਆ, ਜੈਕਟ ਪਾਈ ਹੋਈ ਆ, ਇੱਕ ਸਵੈਟਰ ਪਾਇਆ ਹੋਇਆ, ਥੱਲੇ ਦੀ ਹੋਰ ਪਤਾ ਨਹੀਂ ਕਿੰਨੇ ਕੱਪੜੇ ਪਾਏ ਹੋਣਗੇ, ਅਤੇ ਜਟਾਵਾਂ ਜਿਹੜੀਆਂ ਵਿੱਚ ਲਗਾਈਆਂ ਹੋਈਆਂ ਕੱਪੜਿਆਂ ਦੇ, ਉਹ ਕਿੱਡੀਆਂ ਕਿੱਡੀਆਂ ਲੰਬੀਆਂ ਹੋ ਚੁੱਕੀਆਂ, ਉਹ ਵੀ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ। ਬਾਪੂ ਜੀ ਦੇ ਹੱਥਾਂ ਪੈਰਾਂ ਦੇ ਨਹੁੰ ਕਿੱਡੇ ਕਿੱਡੇ ਵੱਧ ਕੇ ਹੋ ਚੁੱਕੇ ਆ ਇਹ ਲੰਬੇ, ਅਤੇ ਇਹ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਇਹ ਬਾਪੂ ਜੀ ਦੇ ਝੋਲਿਆਂ ਦੇ ਵਿੱਚ ਭਰਿਆ ਹੋਇਆ ਕੂੜਾ ਕਬਾੜਾ, ਇਹ ਤੋਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਂ ਰਹੇ ਆ। ਕੀ ਸਾਡੇ ਸਮਾਜ ਦੇ ਵਿੱਚ, ਸਾਡੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਵਿੱਚ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਇਨਸਾਨਾਂ ਨੂੰ ਜਿਉਣਾ ਪਊਗਾ? ਕਿ ਅੱਜ ਸਾਨੂੰ ਇਹ ਚੀਜ਼ਾਂ ਦੀਆਂ ਪਿਕਚਰਾਂ ਦੇਖਣੀਆਂ ਪੈਣਗੀਆਂ ਸਾਡੇ ਉਸ ਪੰਜਾਬ ਦੇ ਵਿੱਚ ਜਿਹੜਾ ਕਿ ਪੂਰੇ ਦੇਸ਼ ਨੂੰ ਅੰਨਦਾਤਾ, ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਵਾ। ਇਹ ਬਾਪੂ ਜੀ ਦੀ ਕੀ ਰਹੱਸਿਆ ਪਿੱਛੇ, ਇਹਨਾਂ ਦੀ ਕੀ ਸਟੋਰੀ ਰਹੀ ਆ, ਇਹਨਾਂ ਦਾ ਪਰਿਵਾਰ ਕਿੱਥੇ ਆ, ਇਹ ਸਾਰੀਆਂ ਚੀਜ਼ਾਂ ਜਾਣਨ ਦੇ ਲਈ ਅਸੀਂ ਆਪਣੀ ਟੀਮ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ, ਤਾਂ ਜੋ ਆਪਾਂ ਬਾਪੂ ਜੀ ਦੇ ਜਿਹੜੀ ਜ਼ਿੰਦਗੀ ਆ ਉਹਨੂੰ ਸਵਾਰ ਸਕੀਏ, ਅਤੇ ਇਹਨਾਂ ਦੀ ਸਿਹਤ ਜਾਪੀ ਦੇ ਵਾਸਤੇ ਕੁਛ ਕਦਮ ਚੁੱਕ ਸਕੀਏ। ਕਿਉਂਕਿ ਇੱਦਾਂ ਦੇ ਹਾਲਾਤਾਂ ਦੇ ਵਿੱਚ ਰਹਿਣਾ ਕੋਈ ਮੇਰੇ ਸਾਡੇ ਟੀਮ ਦੇ ਹਿਸਾਬ ਨਾਲ ਤਾਂ ਕੋਈ ਇਹ ਸਮਾਜ ਦੇ ਵਾਸਤੇ ਬਹੁਤ ਵਧੀਆ ਗੱਲ ਨਹੀਂ। ਤੁਹਾਨੂੰ ਜਿਵੇਂ ਦੱਸਿਆ, ਡੀ ਐਮ ਸੀ ਹੋਸਪਿਟਲ ਲੁਧਿਆਣੇ ਦਾ ਸਾਡੇ ਦਾ ਹੱਬ ਕਿਹਾ ਜਾਂਦਾ ਜੀ, ਅਤੇ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਰੀਜ਼ ਐਡਮਿਟ ਆ, ਅਤੇ ਜਿੱਥੇ ਬਾਪੂ ਜੀ ਪਏ ਆ ਜਿਹੜੀ ਪਾਰਕ ਦੇ ਵਿੱਚ, ਉੱਥੇ ਹਰੇਕ ਸਾਡੇ ਸ਼ਹਿਰ ਦਾ ਚੰਗਾ ਨੁਮਾਇੰਦਾ, ਚੰਗੇ ਅਫਸਰ, ਸਾਰੇ ਤਰ੍ਹਾਂ ਦੇ ਬੰਦੇ ਇੱਥੋਂ ਦੇ ਗੁਜ਼ਰਦੇ ਆ, ਦੇਖਦੇ ਆ, ਨਿਕਲਦੇ ਆ। ਅਤੇ ਪਰ ਇੱਥੇ ਵੀ ਜੇ ਕੋਈ ਇੱਦਾਂ ਦੇ ਇੰਤਜ਼ਾਮ ਨਹੀਂ ਕੀਤੇ ਜਾ ਸਕਦੇ ਇੱਦਾਂ ਦੇ ਇਨਸਾਨਾਂ ਨੂੰ ਸਾਂਭਣ ਦੇ ਲਈ, ਅਤੇ ਜਿਹੜੇ ਇੱਦਾਂ ਦੇ ਹਾਲਾਤਾਂ 'ਚ ਪਹੁੰਚ ਚੁੱਕੇ ਆ, ਤਾਂ ਸਾਡੇ ਸਮਾਜ ਵਾਸਤੇ ਅਤੇ ਸਾਡੇ ਪੰਜਾਬ ਵਾਸਤੇ ਬਹੁਤ ਸ਼ਰਮ ਦੀ ਗੱਲ ਆ ਜੀ। ਚੰਦਰ ਮੋਹਨ ਸਿੰਘ ਕਿਸ ਹਾਲਾਤ ਦੇ ਵਿੱਚ ਜ਼ਿੰਦਗੀ ਜਿਉਂ ਰਹੇ ਆ? ਕੋਈ ਕਿਸੇ ਨੂੰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇੱਕ ਰੋਟੀ ਖਵਾ ਦੇਣੀ ਜਾਂ 10 ਰੁਪਏ ਦੇ ਦੇਣੇ, ਅਤੇ ਜਾਂ ਕੋਈ ਇੱਦਾਂ ਦੀ ਮਦਦ ਦੇ ਦੇਣੀ ਵੀ ਉਹਦੀ ਜਿਹੜੀ ਉਹਦੇ ਕਿਸੇ ਕੰਮ ਦੀ ਨਾ ਹੋਵੇ, ਉਹ ਕੋਈ ਮਦਦ ਨਹੀਂ ਹੈਗੀ। ਅਸਲ ਮਦਦ ਕੀ ਆ ਇਨਸਾਨ ਦੀ, ਉਹ ਕਰਨੀ ਚਾਹੀਦੀ ਆਪਾਂ ਨੂੰ। ਆਪਣੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਇੱਦਾਂ ਦੇ ਸਿਸਟਮ ਦੇ ਵਿੱਚ ਅੱਗੇ ਆਉਣਾ ਚਾਹੀਦਾ, ਤਾਂ ਜੋ ਆਪਾਂ ਚੰਗਾ ਸਮਾਜ ਸਿੱਧ ਸਕੀਏ। ਇਹ ਬਾਪੂ ਨੂੰ ਦੇਖ ਕੇ ਛੋਟੇ ਛੋਟੇ ਬੱਚੇ ਜੋ ਆਪਣੀ ਮਾਂ ਦੀ ਗੋਦੀ 'ਚ ਬੈਠੇ ਜਾਂ ਪਿਓ ਦੀ ਉਂਗਲੀ ਨੂੰ ਫੜ ਕੇ ਤੁਰੇ ਜਾਂਦੇ, ਪੁੱਛਦੇ ਹੋਣਗੇ ਵੀ ਡੈਡੀ ਆਹ ਕੌਣ ਆ, ਇਹ ਕੀ ਆ, ਤਾਂ ਉਹ ਬਾਪ ਅਤੇ ਉਹ ਮਾਂ ਕੀ ਜਵਾਬ ਦਿੰਦੀ ਹੋਊਗੀ? ਇਹ ਸਵਾਲਾਂ ਦੇ ਜਵਾਬ ਜਦ ਤੱਕ ਸਾਨੂੰ ਨਹੀਂ ਮਿਲਦੇ, ਤਾਂ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕੀ ਜਵਾਬ ਦੇਵਾਂਗੇ ਜੀ? ਕੀ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਇੱਦਾਂ ਦੀਆਂ ਤਸਵੀਰਾਂ ਦੇ ਕੇ ਜਾ ਰਹੇ ਹਾਂ ਜੀ? ਕੀ ਅਸੀਂ ਆਪਣੀ ਜਿਹੜੀ ਨਵੀਂ ਜਨਰੇਸ਼ਨ ਆ ਉਹਨੂੰ ਅਸੀਂ ਇਹਨਾਂ ਚੀਜ਼ਾਂ ਦਾ ਗਿਫਟ ਦੇ ਕੇ ਜਾ ਰਹੇ ਹਾਂ? ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੇ ਹਾਲਾਤਾਂ ਦੇ ਵਿੱਚ ਇਨਸਾਨ ਹੋਰ ਵੀ ਬਹੁਤ ਤਾਦਾਦ ਦੇ ਵਿੱਚ ਮਿਲਣਗੇ, ਲੱਖਾਂ ਦੀ ਗਿਣਤੀ ਦੇ ਵਿੱਚ ਮਿਲਣਗੇ। ਕਿਉਂਕਿ ਜਿਹੜਾ ਹਾਲਾਤ ਸਾਡੇ ਹੁਣ ਚੱਲ ਰਹੇ ਆ, ਪਾਣੀ ਵੀ ਸਾਡਾ ਪੀਣ ਯੋਗ ਨਹੀਂ ਰਿਹਾ, ਹਵਾ ਵੀ ਸਾਡੀ ਸਾਹ ਦੇ ਯੋਗ ਨਹੀਂ ਰਹੀ, ਖਾਣਾ ਪੀਣਾ ਸਾਡਾ ਕੈਮੀਕਲਾਂ ਨਾਲ ਭਰ ਚੁੱਕਿਆ ਵਾ। ਹਰ ਇੱਕ ਇਨਸਾਨ ਅੱਜ ਦੇ ਸਮੇਂ ਦੇ ਵਿੱਚ ਜੰਮਣ ਤੋਂ ਬਾਅਦ 'ਚ ਦਵਾਈ ਖਾ ਰਿਹਾ, ਹਰ ਇੱਕ ਬੰਦਾ ਮੈਡੀਸਨ 'ਤੇ ਚੱਲ ਰਿਹਾ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣਗੇ, ਅਤੇ ਇਹ ਬਾਪੂ ਜੀ ਦੇ ਹਾਲਾਤਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕੀ ਹਾਲਾਤ ਅੱਗੇ ਆਉਣ ਵਾਲੇ ਆ। ਅਤੇ ਇਹ ਬਾਪੂ ਜੀ ਦੇ ਹਾਲਾਤਾਂ ਨੂੰ ਜੇ ਕੋਈ ਸੁਧਾਰਨ ਵਾਸਤੇ ਅੱਗੇ ਆ ਜਾਵੇ, ਜਾਂ ਇੱਦਾਂ ਦੇ ਇਨਸਾਨਾਂ ਨੂੰ ਜਿਹੜੇ ਤੁਹਾਡੇ ਏਰੀਏ, ਤੁਹਾਡੇ ਪਿੰਡਾਂ ਦੇ ਵਿੱਚ, ਤੁਹਾਡੇ ਗਲੀਆਂ ਮੁਹੱਲਿਆਂ ਦੇ ਵਿੱਚ ਘੁੰਮਦੇ ਹੋਣਗੇ, ਜੇ ਤੁਸੀਂ ਉਹਨਾਂ ਦੀ ਮਦਦ ਕਰੋਗੇ, ਤਾਂ ਸ਼ਾਇਦ ਆਪਾਂ ਆਉਣ ਵਾਲੇ ਸਮਾਜ ਨੂੰ ਵੀ ਠੀਕ ਕਰ ਸਕਦੇ ਹਾਂ। ਕਿਉਂਕਿ ਆਪਾਂ ਨੂੰ ਇਸ ਚੀਜ਼ ਦਾ ਅੰਦਾਜ਼ਾ ਹੋ ਸਕਦਾ ਵੀ ਇਹ ਕਿਉਂ ਅਤੇ ਕਿਵੇਂ ਹੋਈਆਂ ਇਹ ਚੀਜ਼ਾਂ। ਅਤੇ ਅੱਜ ਸਾਡੀ ਵਾਹਿਗੁਰੂ ਨੇ ਡਿਊਟੀ ਲਾਈ ਹੈ, ਸੱਚੇ ਪਾਤਸ਼ਾਹ ਨੇ, ਸਾਡੀ ਟੀਮ ਇੱਥੇ ਆਈ ਹੋਈ ਆ ਬਾਪੂ ਜੀ ਨੂੰ ਲੈਣ ਦੇ ਲਈ, ਅਤੇ ਅਸੀਂ ਇਹਨਾਂ ਨੂੰ ਆਪਣੇ ਨਾਲ ਇਲਾਜ ਦੇ ਲਈ ਲੈ ਕੇ ਜਾ ਰਹੇ ਹਾਂ। ਵਾਹਿਗੁਰੂ ਅਕਾਲ ਪੁਰਖ ਕਿਰਪਾ ਕਰਨ, ਬਾਪੂ ਜੀ ਠੀਕ ਹੋ ਕੇ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਉਂ ਸਕਣ। ਅਤੇ ਤੁਸੀਂ ਵੀ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਅਰਦਾਸ ਕਰਿਓ ਵੀ ਇਹ ਬਾਪੂ ਜੀ ਆਪਣੀ ਚੰਗੀ ਜ਼ਿੰਦਗੀ ਜਿਉਂ ਸਕਣ ਦੀ ਸਿਹਤ ਜਾਪੀ ਭਰੀ। ਅਤੇ ਜੇ ਕਿਸੇ ਵੀਰ ਜਾਂ ਭੈਣ ਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਆ, ਇਹ ਬਾਪੂ ਜੀ ਆਪਣਾ ਨਾਮ ਜਿਵੇਂ ਤੁਹਾਨੂੰ ਦੱਸਿਆ ਚੰਦਰ ਮੋਹਨ ਸਿੰਘ ਮੜੀਆ ਦੱਸਦੇ ਨੇ ਜਗਰਾਓਂ ਵਾਲੇ, ਅਤੇ ਜੇ ਕੋਈ ਜਾਣਦਾ ਜਾਂ ਪਹਿਚਾਣਦਾ ਬਾਪੂ ਜੀ ਨੂੰ, ਤਾਂ ਸਾਡੇ ਨੰਬਰ 97-800-10-0073-8072-8048 ਅਤੇ 7073-8072-8048, ਇਹਨਾਂ ਦੋਨਾਂ ਨੰਬਰਾਂ 'ਤੇ ਸੰਪਰਕ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ, ਜਾਂ ਜਾਣਕਾਰੀ ਕੋਈ ਇਹਨਾਂ ਬਾਰੇ ਦੇਣੀ ਚਾਹੁੰਦੇ ਹੋ ਤਾਂ ਦੇ ਵੀ ਸਕਦੇ ਹੋ। ਇੰਨੀਆਂ ਕੀ ਸਾਡੀਆਂ ਬੇਨਤੀਆਂ ਅਤੇ ਜਾਣਕਾਰੀਆਂ ਜੀ।
ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अच्छा सारा चक के सारा कुछ पा दे, सारा कुछ पा दे, सारा कुछ पाला पाला पै जाना लफाफे से पट्टा लफाफा मैं पा लेना। रमाला साहब जी बापू ये कितों मिला जी बापू है बापू है बापू कितों मिला जी बाबा हथ चक मुदो हथल कर हथ तसले कर। असी जी DMC पार्क के बिच बोल रहे हैं। आ देखो DMC हॉस्पिटल के अगे पार्क आ, पार्क के नाल आ एक बाबा जी है। देखो घट्टो घट इन्हों साल इतने हो गया वा, साल तो ज़्यादा हो गया। इंग्लिश बाबा जी तुम्हारा नाम की है? हैं नाम पता नहीं है, बिस्कुट खा के देखो चाह पी रहे हैं। देखो ये तुम देखो इन्हों पार्क में बैठे है। थोड़ा कोई पेशेंट है इत्थे, मरीज कोई कितने रहने वाले हो? बाबा जी इंग्लिश अखबार पढ़ते हो? अखबार तो इंग्लिश वाला पढ़ते हो ना? चल आओ तुर पर बाबा आ जा, है आया उठ नहीं कपड़े है मेरे को दिना मैं तेन